ਚਾਹੁੰਦਾ, ਤੁਹਾਡੇ ਮਾਧਿਅਮ ਜਿਹੜੇ ਦੱਸਣਾ ਚਾਹੁੰਦਾ ਕਿ ਕੱਲ੍ਹ ਜਦੋਂ LOP ਲੀਡਰ ਸਾਹਿਬ ਬੋਲਣ ਲੱਗੇ, ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ, ਸਾਡੇ ਜਿਹੜੇ ਵੀ ਕਾਂਗਰਸੀ MLA ਸਾਹਿਬਾਨ ਨੇ ਬੋਲਣਾ, ਉਹਨਾਂ ਦਾ ਸਮਾਂ ਮੈਨੂੰ ਦੇ ਦਿਓ। ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ, ਸੋ ਆਪਦਾ ਸਮਾਂ ਵੀ ਲੈ ਗਏ। ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਹੋ ਫਰਸ਼ 'ਤੇ ਲਿਟਣ ਦਾ, ਮੈਨੂੰ ਵੀ ਸਮਾਂ। ਹੁਣ ਸਮਾਂ ਜਿੰਨਾ ਹੈਗਾ ਉਨਾ ਹੀ ਮਿਲਣਾ। ਇਹ ਬੱਚਿਆਂ ਲਈ ਜਿੱਦ ਨਹੀਂ ਕਰਨੀ ਚਾਹੀਦੀ। ਇਹ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ, ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਹੈ। ਕੋਈ ਇਹ ਥੋੜ੍ਹੀ ਆ ਵੀ ਜਿੱਦ ਕਰਨ ਲੱਗ ਗਿਆ ਕੋਈ ਮੈਨੂੰ ਸਮਾਂ ਦੇ ਦਿਓ, ਮੈਂ ਇੱਦਾਂ ਨਹੀਂ ਹੋਇਆ ਕਰਦਾ। ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ, ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ, ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ, ਹੋਰ ਸਾਤੋਂ ਕੀ ਭਾਲਦੇ ਨੇ। ਕੁਛ ਨਹੀਂ ਕਰਨਾ ਜਦੋਂ ਇਹਨਾਂ ਦੀ ਸਰਕਾਰ ਸੀ, ਉਦੋਂ ਕੁਛ ਕਰ ਨਹੀਂ ਸਕੇ। ਹੁਣ ਕੀ ਇਹਨਾਂ ਨੇ ਹੱਕ 'ਚ ਕਰਨੀਆਂ? ਹੁਣ ਇਹਨਾਂ ਦੀ ਇੱਕੋ ਹੀ ਲੜਾਈ ਆ ਸਭ ਦੀ, ਹਰ ਇੱਕ ਦਾ ਆ। ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ, ਮੇਰੀ ਜਨਾਨੀ, ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਅਫਰੇ ਫਿਰਦੇ ਨੇ ਇਹਨਾਂ ਦਾ ਅਫਰੇ ਹਵਾ ਨਾ। CM ਸਾਹਿਬ ਨੇ ਬਹੁਤ ਠੀਕ ਕਰਤਾ, ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ, ਅੱਜ ਇਹਨਾਂ ਨੂੰ ਦਵਾਂਗੇ ਉਹ ਦਿਆ ਕਰਦੇ ਨੇ ਚੂਰ ਨੱਜ ਖਵਾਵਾਂਗੇ, ਦੇਖਦੇ ਜਾਓ। ਨਾ ਸੁਣੋ, ਇੱਕ ਇੱਕ ਕਰਕੇ। ਜਿੰਦਰੇ ਦਾ ਮਤਲਬ ਇਹ ਸੀ ਵੀ ਬਾਹਰ ਨਾ ਨਿਕਲ ਜਾਣ, ਕੱਲ੍ਹ ਜਿੰਦਰੇ ਲਾਏ ਨਹੀਂ ਉਹ ਭੱਜ ਗਏ, ਨਾ ਜਿਹਾ ਭੱਜ ਗਏ ਨਾ। ਸੋ ਇਹਨਾਂ ਦੇ ਤਾਂ ਅਸੀਂ ਤਾਂ ਖੁਦ ਪਰੇਸ਼ਾਨ ਹਾਂ ਵੀ ਕਿਉਂ ਨਹੀਂ ਅੰਦਰ ਬੈਠਦੇ। ਪੰਜਾਬ ਦੀ ਗੱਲ ਅੰਦਰ ਹੋਵੇ, ਇਹ ਅੰਦਰ ਬੈਠਦੇ ਨਹੀਂ। ਮਾੜੇ ਜਿਹੇ ਦੇਖ ਲਾ ਵੀ ਇਹ ਹਜੇ ਮਾੜੇ ਜਿਹੇ ਖੜ੍ਹੇ ਨੇ, ਇੱਕ ਆ ਕੇ ਬਾਹਰ ਕਰਕੇ ਮੀਡੀਆ ਨੂੰ ਸੰਬੋਧਨ, ਉਹ ਜਾ ਕੇ ਰਜਾਈ 'ਚ ਪੈ ਜਾਂਦਾ, ਅਗਲੇ ਦਿਨ ਆਉਂਦਾ। ਸੋ ਕਾਰਨ ਕੀ ਆ? ਇਹਨਾਂ ਨੂੰ ਚਾਹੀਦੀ ਆ ਸ਼ੋਹਰਤ, ਉਹ ਕੀ ਮੀਡੀਆ ਸਾਹਮਣੇ ਆ ਕੇ ਬੋਲਣ, ਮੀਡੀਆ ਇਹਨਾਂ ਨੂੰ ਮਾੜਾ ਮੋਟਾ ਦਿਖਾਈ ਜਾਵੇ। ਇਹਨਾਂ ਨੂੰ ਪੰਜਾਬ ਦੀ ਕਿੱਥੇ ਆ? 726 ਕਿਸਾਨ ਸ਼ਹੀਦ ਹੋਏ ਬਾਰਡਰਾਂ 'ਤੇ, ਦੱਸੋ ਇਹਨਾਂ ਨੇ ਕਿਹਨੂੰ ਸ਼ਹੀਦ ਦਿੱਤਾ? ਆਪਣੇ ਦਿੱਤਾ ਹੀ ਕੋਈ ਉਹਨੂੰ ਕਿਸੇ ਨੂੰ ਆਪਣਾ ਸ਼ਰਧਾਂਜਲੀ ਦਿੱਤੀ? ਉਰੇ ਕਿਸੇ ਨੂੰ ਸ਼ਰਧਾਂਜਲੀ ਨਹੀਂ ਦਿੱਤੀ, ਇਹਨਾਂ ਨੇ ਨੌਕਰੀ ਕਿਸੇ ਨੂੰ ਦਿੱਤੀ? 4.5 ਸਾਲ ਲੰਘੀਆਂ ਸਰਕਾਰਾਂ ਸੁੱਤੀਆਂ ਪਈਆਂ ਰਹਿੰਦੀਆਂ, 4.5 ਸਾਲ, 4.5 ਸਾਲ ਬਾਅਦ ਇਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਕਰਨਾ। ਨੋਟੀਫਿਕੇਸ਼ਨ ਕਰਕੇ ਵਿੱਚ ਜੇ ਫਸਾ ਕੇ ਨੌਕਰੀਆਂ ਲੰਘ ਜਾਂਦੇ, ਜੇ ਸਾਨੂੰ ਦੁਬਾਰੇ ਬਣਾਉਂਗੇ ਤਾਂ ਅਸੀਂ ਆ ਕੇ ਤੁਹਾਨੂੰ ਨੌਕਰੀਆਂ ਦੇ ਦਾਂਗੇ, ਨਹੀਂ ਖਤਮ ਕਹਾਣੀ। ਤੁਸੀਂ ਕਹਿੰਦੇ ਹੋ ਫੋਟੋ ਦਾ ਸ਼ੌਂਕ, ਬਾਜਵਾ ਸਾਹਿਬ ਹਰ ਵਾਰੀ ਕਹਿੰਦੇ, ਉਹਨਾਂ ਨੇ ਕੱਲ੍ਹ ਵੀ ਕਿਹਾ, ਉਹ ਆਉਂਦੇ ਸਾਡੇ ਏਰੀ ਕੈਮਰਾ ਦੂਰ ਹੋ ਜਾਂਦਾ, ਆਪਦੇ ਏਰੀ ਨੇੜੇ ਕਰ ਲੈਂਦੇ, ਉਹਨਾਂ ਸਾਡੇ ਫੋਟੋ ਵੀ ਨਹੀਂ ਆਉਣੇ। ਇਹਨੂੰ ਇੱਕ ਗੱਲ ਕਹਿ ਦਿਓ, ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ, ਇਹਨੂੰ CM ਨਹੀਂ ਬਣ ਸਕਦਾ, ਜੋ ਮਰਜ਼ੀ ਹੋ ਜੇ, ਸਮਝ ਲਓ ਗੱਲ। ਇਹ ਤਾਂ ਤੁਸੀਂ ਯਕੀਨ ਮੰਨਿਓ ਆਪੇ ਡੰਡੋ ਡੰਡੀ ਹੋਣ ਵਾਲੇ ਨੇ, ਕਿਉਂਕਿ ਇਹਨਾਂ ਨੂੰ ਇਹ ਆ ਮੇਰੀ ਉਹ 'ਚ ਇਲੈਕਸ਼ਨ ਹੋਵੇ ਉਹਨੂੰ ਜਿਹਦੀ ਮਰਜ਼ੀ 'ਚ ਹੋ ਜੇ, ਪਰ ਇਹਨਾਂ ਦੇ ਕੱਲੇ ਪੱਲੇ ਠੈਂ ਠੈਂ ਕਪਾਲ ਹੀ ਪੈਣਾ, ਕੁਛ ਨਹੀਂ ਪੈਣਾ। ਚੇਤਨ